ਤੁਸੀਂ ਐਵੇਂ ਮੈਨੂੰ ਲੱਗਦਾ ਰੋਟੀ ਪਾਣੀ ਕਿਸੇ ਨੇ ਨਹੀਂ ਖਾਧਾ ਹੋਣਾ, 3-4 ਦਿਨ ਹੋ ਗਿਆ ਇੱਥੇ ਸਾੜ ਘੋਲੀ ਜਾਂਦੇ ਹਾਂ, ਦਿਲ 'ਚ ਗਾਲਾਂ ਕੱਢੀ ਜਾਂਦੇ ਹਾਂ, ਉਹਨੂੰ ਕੱਢੀ ਜਾਂਦੇ ਹਾਂ, ਫੋਨ ਲਾ ਲਾ ਦੱਸਦੇ ਹੁਣ ਲੋਕਾਂ ਨੂੰ ਇੱਦਾਂ ਹੋ ਗਿਆ ਉੱਦਾਂ ਹੋ ਗਿਆ। ਕਿਉਂ ਤੁਹਾਡਾ ਢਿੱਡ 'ਚ ਨਾ ਨਹੀਂ ਆਉਣ ਲੱਗਾ ਕਿਸੇ ਨੂੰ ਪੁੱਛੇ? ਕਰਦੇ ਪਏ ਨਾ ਢਿੱਲੋ ਵਾਲੀ ਸਹੀ ਹੈ, ਇਹਦਾ ਤਾਂ ਮੈਂ ਮੂੰਹ ਰੰਗ ਕਿੱਦਾਂ ਦਾ ਪੰਨੂ ਕਿ ਨਾ ਸਵਾਰ ਕੇ ਮੈਨੂੰ ਰੂੜੀ ਦੱਸਦਾ, ਆਪ ਦੀ ਦੇਖੀ ਇਹਨੇ। ਹਾਂ ਸਾਰਿਆਂ ਨੂੰ ਕਹਿੰਦਾ ਫਿਰਦਾ ਸੀਗਾ ਕਿ ਹਾਂ ਮੇਰੀ ਤਾਂ ਉਹਨਾਂ ਲੜਾਈ ਹੋ ਗਈ ਆ, ਟੁੱਲੋ ਮੈਨੂੰ ਤਾਂ ਕੁਛ ਲੱਗਾ ਨਹੀਂ ਇਹ 'ਚ ਖਾਸ, ਕੀ ਆ ਇਹ ਬਾਂਦਰ ਮੂੰਹ ਵਾਲਾ ਟੱਕਰੇ ਤਾਂ ਸਹੀ, ਇਹਨੂੰ ਪੁੱਛੋ, ਇਹਨੂੰ ਇਹਨੂੰ ਰੰਡੇ ਨੂੰ, ਇਹਨੂੰ ਦੱਲੇ ਨੂੰ ਪੁੱਛੋ, ਜਿਹੜੀ ਤੇਰੀ ਗੱਡੀ ਤੇ ਜਿਹੜੇ ਸਪੋਲੀਏ ਬਣਾ ਗਏ ਸੀ ਨਾ ਗੁੱਚੀ ਵਾਲੇ ਸੱਪ ਇੰਡੈਵਰ ਤੇ 10 ਦਿਨ ਪਹਿਲਾਂ, ਸਹੀ ਆ ਉਹ ਤੇਰੀ ਉੱਥੋਂ ਜੋ ਚੰਡੀਗੜ੍ਹੋਂ ਗੱਡੀ ਮੈਂ ਹੀ ਛੱਡ ਕੇ ਆਈ ਸੀ ਅੰਮ੍ਰਿਤਸਰ, ਸਹੀ ਆ ਤੂੰ ਜ਼ਿਆਦਾ ਬਣਿਆ ਫਿਰਦਾ ਹੈ ਨਾ, ਉਹ ਤਾਂ ਤੂੰ ਸਟੋਰੀ ਪਾਈ ਨਹੀਂ ਸੀ, ਕਿਉਂ ਉਹ ਤੇ ਉਹ ਤੂੰ ਉਹਨਾਂ ਤਾਂ ਕੁਛ ਕਹਿ ਨਹੀਂ ਹੋਇਆ, ਜਿਹੜੇ ਤਾਂ ਤੇਰੀ ਉਹ ਗੁੱਚੀ ਵਾਲਾ ਸੱਪ ਬਣਾ ਗਏ ਸੀ ਤੇਰੀ ਗੱਡੀ ਤੇ, ਉਹਦਾ ਤੈਨੂੰ ਤਾਂ ਬੋਲ ਨਹੀਂ ਹੋਇਆ ਤੇ ਤੋਂ, ਰਾਤ ਨੂੰ ਗੱਡੀ ਲੁਕੋ ਕੇ ਲੈ ਕੇ ਆਇਆ ਸੀ, ਦਿਨੇ ਗੱਡੀ ਨਾ ਲੈ ਕੇ ਜਾਇਓ, ਰਾਤ ਨੂੰ ਲੈ ਕੇ ਜਾਇਓ ਲੋਕੀ ਦੇਖਣਗੇ ਵੀਡੀਓ ਬਣਾਉਣਗੇ, ਉਹ ਤੇਰੀ ਗੱਡੀ ਮੈਂ ਹੀ ਛੱਡ ਕੇ ਆਈ ਸੀ, ਕੁੱਤਿਆ ਬਕਵਾਸ ਕਰਦਾ ਭੌਂਕਦਾ ਕੀ ਹੋਣ ਡਿਆ, ਇਹ ਨਹੀਂ ਦੇ ਏਦਾਂ ਗੱਲ ਸ਼ੁਰੂ ਕਰਨੀ। 5-6 ਮਹੀਨੇ ਪਹਿਲਾਂ ਨਾ, 5-6 ਮਹੀਨੇ ਪਹਿਲਾਂ ਮੈਨੂੰ ਨਾ ਸਨੈਪਚੈਟ 'ਤੇ ਮੈਸੇਜ ਆਇਆ ਸੀਗਾ ਅਤੇ ਰਾਜਵੀਰ ਦਾ, ਅਤੇ ਕਹਿੰਦੀ ਇੱਦਾਂ ਇੱਦਾਂ ਵੀਰੇ ਤੁਸੀਂ 0-300 ਵਾਲੇ ਬੋਲਦੇ ਹੋ, ਮੈਂ ਕਿਹਾ ਹਾਂਜੀ, ਅਤੇ ਗੱਲ ਹੋਈ ਸਾਡੀ, ਅਤੇ ਉਹ ਕਹਿੰਦੀ ਡਾਰਲਿੰਗ ਤੁਹਾਡੇ ਕਮੈਂਟ ਆਉਣੇ ਆ, ਕੋਈ ਗਲਤ ਕਮੈਂਟ ਨਹੀਂ ਕਰਨਾ ਹੈ ਕਿਸੇ ਬਾਰੇ ਵੀ। ਰਾਜਵੀਰ ਨਾਲ ਗੱਲ ਹੋਈ ਸੀ ਮੇਰੀ 5-6 ਦਿਨ ਪਹਿਲਾਂ, ਅਤੇ ਕਹਿੰਦੀ 5-6 ਮਹੀਨੇ ਪਹਿਲਾਂ, ਅਤੇ ਕਹਿੰਦੀ ਇੱਦਾਂ ਇੱਦਾਂ ਤੁਸੀਂ 0-300 ਵਾਲੇ ਆ, ਕਹਿੰਦੀ ਵੀਰੇ ਇੱਕ ਗੱਲ ਕਰਨੀ ਆ ਕਿ ਇੱਦਾਂ ਦਾ ਚੱਕਰ ਪਿਆ ਕਿਸੇ ਮੁੰਡੇ ਨਾ, ਬਲਜੀਤ ਉੱਪਲ ਆਪਣਾ, ਉਹ ਵੀ ਆਪਣਾ ਭਰਾ ਹੀ ਆ ਹੁਣ ਤਾਂ, ਅਤੇ ਉਹਨਾਂ ਚੱਕਰ ਪਿਆ ਸੀਗਾ ਉਦੋਂ ਹੈ ਨਾ, ਅਤੇ ਮੈਂ ਸੋਚਿਆ ਮੈਂ ਕਿਹਾ ਚਲੋ ਲੜਾਈ ਇਹਨਾਂ ਦੀ ਵੱਧ ਜਾਣੀ ਆ ਨਾ, ਤੁਹਾਨੂੰ ਪਤਾ ਹੀ ਆ ਲੜਾਈ ਹੁਣ ਢਿੱਲੋਂ ਅਤੇ ਇਹਨਾਂ ਦੀ ਵਧੀ ਹੋਈ ਆ, ਕਿੰਨੀ ਵੱਧ ਗਈ, ਵੱਧ ਹੀ ਵਧਾਉਂਦੀ ਆ ਜਿਹੜੀ ਨੈੱਟ 'ਤੇ ਲੜਾਈ ਹੁੰਦੀ ਆ, ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੁੰਦੀ ਆ। ਹਾਂ ਇਹ 6 ਮਹੀਨੇ ਪਹਿਲਾਂ ਇਹਨਾਂ ਦੋਨਾਂ ਦੀ ਵੀ ਵੱਧ ਸਕਦੀ ਸੀ, ਨਹੀਂ ਵਧੀ, ਵਾਹਿਗੁਰੂ ਦੀ ਮਿਹਰ ਨਾਲ ਨਹੀਂ ਵਧਣ ਨਹੀਂ ਦਿੱਤੀ, ਕਿਉਂਕਿ ਉਹ ਆਈ ਕੁੜੀ ਆਈ ਵਿਦ ਫੈਮਿਲੀ ਆਪਣੇ ਘਰ ਇੱਥੇ ਆਈ ਸੀ ਸਾਡੇ ਕੋਲ, ਉਹ ਮੋਮ ਆਈ ਉਹਦੀ ਰਾਜਵੀਰ ਦੀ, ਨਾਲ ਭੈਣਾਂ ਸੀਗੀਆਂ ਅਤੇ ਨਾਲ ਮੈਂ ਫਿਰ ਬਲਜੀਤ ਨੂੰ ਫੋਨ ਕੀਤਾ ਇਹ ਤੋਂ ਨੰਬਰ ਲੈ ਕੇ, ਮੈਂ ਕਿਹਾ ਬਲਜੀਤ ਆਈ ਯਾਰ, ਅਤੇ ਮੈਨੂੰ ਜਾਣਦਾ ਨਹੀਂ ਸੀ ਇਹ ਮੁੰਡਾ, ਅਤੇ ਫਿਰ ਵੀ ਮੈਂ ਫੋਨ ਕੀਤਾ, ਉਹਨੇ ਪਛਾਣ ਲਿਆ, ਕਹਿੰਦਾ ਹਾਂ ਵੀਰੇ ਮੈਂ ਜਾਣਦਾ, ਮੈਂ ਕਿਹਾ ਆਊਂਗਾ, ਅਤੇ ਕਹਿੰਦਾ ਉਸਤਾਦ ਜੀ ਹਾਂ ਠੀਕ ਹੈ, ਅਤੇ ਇਹ ਆ ਗਿਆ ਜੀ, ਕਹਿੰਦਾ ਬਲਜੀਤ ਕਹਿੰਦਾ ਮੈਂ ਮੰਮੀ ਨੂੰ ਵੀ ਨਾਲ ਲਿਆ ਵਾਂ ਅਤੇ ਮਾਤਾ ਨੂੰ ਲਿਆ ਵਾਂ, ਜੇ ਉਹਦੀ ਮਾਤਾ ਨੇ ਆਉਣਾ ਮੇਰੀ ਮਾਤਾ ਵੀ ਆਜੂਗੀ, ਮੈਂ ਕਿਹਾ ਨਹੀਂ ਨਹੀਂ ਕਿਸੇ ਨੂੰ ਨਹੀਂ ਲੈ ਕੇ ਆਉਣਾ, ਅਤੇ ਬਸ ਤੂੰ ਆ ਜਾ, ਅਤੇ ਇਹ ਆਪਣੇ ਭਰਾ ਨੂੰ ਲੈ ਆਇਆ ਸੀਗਾ ਫਿਰ ਵੀ, ਅਤੇ ਬੈਠੇ ਜੀ ਚੱਕਰ ਬਹੁਤ ਲੰਮੇ ਪਏ, ਅਤੇ ਮੈਂ ਕਹਿੰਦਾ ਕਿ ਜਿੱਦਾਂ ਇਹ ਅੱਜ ਕੱਲ੍ਹ ਪੋਸਟਾਂ ਪੈਣ ਡੀਆਂ ਆ ਨਾ, ਕੁੜੀ ਨੂੰ ਟਾਰਗੇਟ ਕਰਕੇ ਬਹੁਤ ਗੰਦ ਲਿਖਿਆ ਜਾ ਰਿਹਾ ਹੈ ਨਾ, ਉਸ ਕੁੜੀ ਨੇ ਨਾ ਬਲਜੀਤ ਦਾ ਇੱਕ ਦੋਸਤ ਸੀਗਾ, ਬਲਜੀਤ ਦਾ ਆਪਣੇ ਉੱਪਲ ਦਾ, ਉਹਦਾ ਇੱਕ ਦੋਸਤ ਉਦੋਂ ਇੱਕ ਦਿਨ ਪਹਿਲਾਂ ਹੀ ਆ ਗਿਆ ਸੀ ਰਾਜੀਨਾਮੇ ਤੋਂ, ਇੱਕ ਦਿਨ ਪਹਿਲਾਂ ਆ ਕੇ ਪਤਾ ਕੀ ਕਹਿੰਦਾ, ਕਹਿੰਦਾ ਭਾਅ ਜੀ ਬਲਜੀਤ ਫਸਦਾ ਫਸ ਜਾਵੇ, ਇਹਨੂੰ ਜੋ ਹੁੰਦਾ ਹੋਈ ਜਾਵੇ, ਕਹਿੰਦਾ ਮੇਰਾ ਨਾਂ ਕਢਾ ਦਿਉ, ਉਹਦਾ ਦੋਸਤ ਕਹਿੰਦਾ, ਅਤੇ ਮੈਂ ਬਲਜੀਤ ਨੂੰ ਦੱਸਿਆ ਵੀ ਸੀਗਾ, ਮੈਂ ਕਿਹਾ ਲੈ ਲੈ ਦੇਖ ਲਾ ਤੇਰਾ ਪੱਕਾ ਆੜੀ ਆ, ਇੰਨੀ ਗੱਲ ਕਹੀ ਸੀਗੀ ਕੁੜੀ ਨੂੰ, ਯਾਨੀ ਕਿ ਕਹਿੰਦਾ ਸੀ ਵੀ ਤੂੰ ਬਲਜੀਤ ਨੂੰ ਤੰਗ ਕਰਦੀ ਆ ਯੇ ਵੋ, ਜਿੱਦਾਂ ਹੁਣ ਤੁਸੀਂ, ਮੈਂ ਸਿਰਫ ਇੰਨੀ ਗੱਲ ਕਰਨੀ ਆਪਾਂ ਕਿ ਦੇਖੋ ਨਾ ਤਾਂ ਸਾਡਾ ਕੋਈ ਰਿਸ਼ਤੇਦਾਰ ਹੈ ਇੱਥੇ ਨਾ ਕੋਈ ਗੱਲਬਾਤ ਹੈ, ਸਿਰਫ ਇੰਨੀ ਗੱਲ ਆ ਵੀ ਤੁਸੀਂ ਜਿੱਦਾਂ ਚੁੱਕ ਕੇ ਜਿਹੜਾ ਮਰਜ਼ੀ ਕੁੜੀ ਨੂੰ ਜਾਂ ਮੁੰਡੇ ਨੂੰ ਜਿਹਨੂੰ ਮਰਜ਼ੀ ਗਲਤ ਬੋਲੀ ਜਾਂਦੇ ਆ, ਠੀਕ ਆ, ਇਹ ਗੱਲ ਜਦੋਂ ਆਫ ਕੈਮਰਾ ਹੁੰਦੀ ਹੈ ਨੋਰਮਲ ਜੀ ਗੱਲ ਹੁੰਦੀ ਹੈ ਕਿ ਸਾਰੇ ਸਵਾਲ ਲੈ ਕੇ ਛੱਡ ਦਿੰਦੇ, ਇੱਥੇ ਪੂਰੇ ਐਨ ਲੋਕੀ ਸਵਾਲ ਲੈਣ ਲੱਗੇ ਹੋਏ ਆ। ਗੱਲ ਇਹ ਆ ਕਿ ਜਿਹੜੇ ਬੰਦੇ ਹੁਣ ਗਲਤ ਮਲਤ ਕੁੜੀ ਬਾਰੇ ਬੋਲਦੇ ਆ ਨਾ, ਜੇ ਇੱਕ ਅੱਧਾ ਵੀ ਉਹਦੇ ਹੱਥ ਆ ਗਿਆ, ਇੱਕ ਅੱਧਾ ਵੀ ਮਤਲਬ ਜਿਹਨੂੰ ਪਤਾ ਉਹਨੂੰ ਪਤਾ ਲੱਗ ਗਿਆ ਵੀ ਇਹ ਕਿੱਥੇ ਦਾ ਕੀ ਆ ਕੀ ਆ, ਅਤੇ ਮੁੜ ਕੇ ਉੱਤੇ ਮੁੜ ਕੇ ਬਾਬਾ ਜੀ ਪਰਚਾ ਜਿਹੜਾ, ਕਿਉਂਕਿ ਮੈਂ ਇੰਨਾ ਮੈਨੂੰ ਪਤਾ ਆ